ਘਰ ਦੇ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਇਹ ਨੌਜਵਾਨ ਆਪਣੇ ਘਰ ਆਪਣੀ ਭੈਣ ਤੋਂ ਰੱਖੜੀ ਬਣਾਉਣ ਆਇਆ ਸੀ ਜਦੋਂ ਇਸਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਹਥਿਆਰਿਆਂ ਦੀਆਂ ਭੱਜਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਘਰ ਦੇ ਵਿੱਚ ਦਾਖਲ ਹੋ ਕੇ ਨੌਜਵਾਨ ਦਾ ਕਤਲ ਕਰਦਾ, ਫਿਰ ਇੱਕਦਮ ਬਾਹਰ ਆ ਕੇ ਆਪਣੇ ਸਾਥੀ ਦੇ ਬਾਈਕ 'ਤੇ ਬੈਠ ਕੇ ਫਰਾਰ ਹੋ ਜਾਂਦਾ। ਬੜੀ ਹੀ ਚਲਾਕੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਰੀਦਾਬਾਦ ਦੇ ਆਦਰਸ਼ ਨਗਰ ਦੇ ਵਿੱਚ ਰੱਖੜੀ ਦੇ ਦਿਨ ਇਹ ਵੱਡੀ ਵਾਰਦਾਤ ਹੋਈ ਹੈ। ਰੋਹਤਕ ਤੋਂ ਇਹ ਨੌਜਵਾਨ ਆਪਣੇ ਘਰ ਆਪਣੀ ਭੈਣ ਤੋਂ ਰੱਖੜੀ ਬਣਵਾਉਣ ਦੇ ਲਈ ਆਇਆ ਹੋਇਆ ਸੀ ਔਰ ਰੋਹਤਕ ਦੇ ਵਿੱਚ ਡਿਪਲੋਮਾ ਕਰਦਾ ਸੀ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਭੱਜਦਿਆਂ ਦੀਆਂ ਫੋਟੋਆਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰੱਖੜੀ ਵਾਲੇ ਦਿਨ ਇਹ ਵੱਡੀ ਵਾਰਦਾਤ ਹੋਈ। ਇੱਕ ਭਰਾ ਜੋ ਰੋਹਤਕ ਦੇ ਵਿੱਚ ਡਿਪਲੋਮਾ ਕਰਦਾ ਸੀ ਆਪਣੇ ਘਰ ਦੇ ਵਿੱਚ ਆਪਣੀ ਭੈਣ ਤੋਂ ਰੱਖੜੀ ਬਣਵਾ ਰਿਹਾ ਸੀ ਜਦੋਂ ਉਸਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਪੂਰਾ ਪਲਾਨ ਬਣਾ ਕੇ ਇਸ ਵਾਰਦਾਤ ਨੂੰ ਇਹਨਾਂ ਹਥਿਆਰਿਆਂ ਨੇ ਅੰਜਾਮ ਦਿੱਤਾ। ਸੂਚਨਾ ਮਿਲੀ ਸੀ ਇੱਕ ਲੜਕਾ ਹੈ 58 ਸਾਲ ਦਾ, ਅਰੁਣ ਨਾਮ ਦਾ। ਅਰੁਣ ਹਾਂ ਜੀ, ਗੋਲੀ ਲੱਗੀ ਹੈ, ਇਹ ਸੂਚਨਾ ਮਿਲੀ ਸੀ। ਜਿਸ ਪਰ ਹਮ ਅਭੀ ਯਹਾਂ ਪਹੁੰਚੇ ਹੈ ਔਰ ਪਤਾ ਲਗਾ ਹੈ ਕਿ ਗੋਲੀ ਲੱਗੀ ਹੈ ਉਸਕੋ। ਕਿਤਨੀ ਗੋਲੀ ਲੱਗੀ ਸਰ? ਗੋਲੀ ਇੱਕ ਹੀ ਲੱਗਣੀ ਬਤਾਈ ਗਈ, ਇੱਕ ਮਿਸਫਾਇਰ ਹੋਇਆ ਹੈ ਜੀ, ਔਰ ਉਹ ਸ਼ਾਇਦ ਉਹ ਐਕਸਪਾਇਰ ਵੀ ਕਰ ਗਿਆ ਹੈ। ਕਸੂਰ ਬਾਕੀ ਅਭੀ ਕਾਰਨ ਕੀ ਜਾਂਚ ਕਰ ਰਹੇ ਹਨ ਕਿ ਕੈਸੇ ਪਤਾ ਲੱਗਾ ਕਿਆ ਹੋਇਆ ਹੈ, ਉਹ ਜੈਸੇ ਵੀ ਸਾਹਮਣੇ ਆਏਗਾ ਜਾਂਚ ਕਰ ਰਹੇ। ਲੜਕੇ ਕੇ ਪਿਤਾ ਕਾ ਨਾਮ ਕਿਆ ਹੈ? ਕਿ ਕਾਲਜ ਬੋਏ ਥਾ ਜਾਂ ਪੜ੍ਹ ਰਹਾ ਥਾ ਕਿਆ? ਰੋਹਤਕ ਬਤਾਇਆ ਗਿਆ ਪੜ੍ਹ ਰਹਾ ਥਾ, ਆਰਕੀਟੈਕਚਰ ਕਾ ਕੋਰਸ ਕਰ ਰਹਾ ਹੈ। ਅਬ ਲੜਕੇ ਕਾ ਸਭ ਜਾਂ ਬੋਡੀ ਕਹਾਂ ਪਰ ਹੈ? ਅਭੀ ਜ਼ੈਨਥ ਹਾਸਪਿਟਲ। ਘਰ ਦੇ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਇਹ ਨੌਜਵਾਨ ਆਪਣੇ ਘਰ ਆਪਣੀ ਭੈਣ ਤੋਂ ਰੱਖੜੀ ਬਣਾਉਣ ਆਇਆ ਸੀ ਜਦੋਂ ਇਸਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਹਥਿਆਰਿਆਂ ਦੀਆਂ ਭੱਜਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਘਰ ਦੇ ਵਿੱਚ ਦਾਖਲ ਹੋ ਕੇ ਨੌਜਵਾਨ ਦਾ ਕਤਲ ਕਰਦਾ, ਫਿਰ ਇੱਕਦਮ ਬਾਹਰ ਆ ਕੇ ਆਪਣੇ ਸਾਥੀ ਦੇ ਬਾਈਕ 'ਤੇ ਬੈਠ ਕੇ ਫਰਾਰ ਹੋ ਜਾਂਦਾ। ਬੜੀ ਹੀ ਚਲਾਕੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਰੀਦਾਬਾਦ ਦੇ ਆਦਰਸ਼ ਨਗਰ ਦੇ ਵਿੱਚ ਰੱਖੜੀ ਦੇ ਦਿਨ ਇਹ ਵੱਡੀ ਵਾਰਦਾਤ ਹੋਈ ਹੈ। ਰੋਹਤਕ ਤੋਂ ਇਹ ਨੌਜਵਾਨ ਆਪਣੇ ਘਰ ਆਪਣੀ ਭੈਣ ਤੋਂ ਰੱਖੜੀ ਬਣਵਾਉਣ ਦੇ ਲਈ ਆਇਆ ਹੋਇਆ ਸੀ ਔਰ ਰੋਹਤਕ ਦੇ ਵਿੱਚ ਡਿਪਲੋਮਾ ਕਰਦਾ ਸੀ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਭੱਜਦਿਆਂ ਦੀਆਂ ਫੋਟੋਆਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰੱਖੜੀ ਵਾਲੇ ਦਿਨ ਇਹ ਵੱਡੀ ਵਾਰਦਾਤ ਹੋਈ। ਇੱਕ ਭਰਾ ਜੋ ਰੋਹਤਕ ਦੇ ਵਿੱਚ ਡਿਪਲੋਮਾ ਕਰਦਾ ਸੀ ਆਪਣੇ ਘਰ ਦੇ ਵਿੱਚ ਆਪਣੀ ਭੈਣ ਤੋਂ ਰੱਖੜੀ ਬਣਵਾ ਰਿਹਾ ਸੀ ਜਦੋਂ ਉਸਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਪੂਰਾ ਪਲਾਨ ਬਣਾ ਕੇ ਇਸ ਵਾਰਦਾਤ ਨੂੰ ਇਹਨਾਂ ਹਥਿਆਰਿਆਂ ਨੇ ਅੰਜਾਮ ਦਿੱਤਾ। ਸੂਚਨਾ ਮਿਲੀ ਸੀ ਇੱਕ ਲੜਕਾ ਹੈ 58 ਸਾਲ ਦਾ, ਅਰੁਣ ਨਾਮ ਦਾ। ਅਰੁਣ ਹਾਂ ਜੀ, ਗੋਲੀ ਲੱਗੀ ਹੈ, ਇਹ ਸੂਚਨਾ ਮਿਲੀ ਸੀ। ਜਿਸ ਪਰ ਹਮ ਅਭੀ ਯਹਾਂ ਪਹੁੰਚੇ ਹੈ ਔਰ ਪਤਾ ਲਗਾ ਹੈ ਕਿ ਗੋਲੀ ਲੱਗੀ ਹੈ ਉਸਕੋ। ਕਿਤਨੀ ਗੋਲੀ ਲੱਗੀ ਸਰ? ਗੋਲੀ ਇੱਕ ਹੀ ਲੱਗਣੀ ਬਤਾਈ ਗਈ, ਇੱਕ ਮਿਸਫਾਇਰ ਹੋਇਆ ਹੈ ਜੀ, ਔਰ ਉਹ ਸ਼ਾਇਦ ਉਹ ਐਕਸਪਾਇਰ ਵੀ ਕਰ ਗਿਆ ਹੈ। ਬਾਕੀ ਅਭੀ ਕਾਰਨ ਕੀ ਜਾਂਚ ਕਰ ਰਹੇ ਹਨ ਕਿ ਕੈਸੇ ਪਤਾ ਲੱਗਾ ਕਿਆ ਹੋਇਆ ਹੈ, ਉਹ ਜੈਸੇ ਵੀ ਸਾਹਮਣੇ ਆਏਗਾ ਜਾਂਚ ਕਰ ਰਹੇ। ਲੜਕੇ ਕੇ ਪਿਤਾ ਕਾ ਨਾਮ ਕਿਆ ਹੈ? ਕਿ ਕਾਲਜ ਬੋਏ ਥਾ ਜਾਂ ਪੜ੍ਹ ਰਹਾ ਥਾ ਕਿਆ? ਰੋਹਤਕ ਬਤਾਇਆ ਗਿਆ ਪੜ੍ਹ ਰਹਾ ਥਾ, ਆਰਕੀਟੈਕਚਰ ਕਾ ਕੋਰਸ ਕਰ ਰਹਾ ਹੈ। ਅਬ ਲੜਕੇ ਕਾ ਸਭ ਜਾਂ ਬੋਡੀ ਕਹਾਂ ਪਰ ਹੈ? ਅਭੀ ਜ਼ੈਨਥ ਹਾਸਪਿਟਲ।